हाँ जी मेरे दोस्तों सारिया गुड मॉर्निंग सत श्री अकाल। तो एक बार तुहाडा मैं फिर तो स्वागत कर रहा वा एक नवी वीडियो। अज थोनों दिखाने सेंटर इतों का देखो। अज मौसम बहुत वधिया, हवा चल रही है, ठंडी 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 हवा चल रही है वधिया। तो चलो एक कोई म्यूजियम देखते हैं तो चलते हैं उस देखो। फिर चल देना उस वो सामने जो सू दिख रहे ना वो है कजान कैथेड्रल। तो आप एंट्री करने की कोशिश करांगे, है तो फ्री आ, कोई एंट्री फीस नहीं, कोई टिकट नहीं हैगी, फ्री आप अंदर एंट्री करने की कोशिश करांगे जे आप एंट्री मिल गई। तो बाकी थानू दिखाने अगे चल के रोड क्रॉस करते हैं। रोड क्रॉस करने तो बाद दसते हम की सौता वा। अंदर अंदर सिर्फ आप प्रे करने ले जाते हैं। तो चर्च आ जो नाम है वह कजान कैथेड्रल। और मन के अंदर कोई इदा का म्यूजियम म्यूजियम नहीं है, ये चर्च आ इतने कहना मन के बस सिर्फ प्रे करने वास्ते आते। मैं लगे ना कि कोई म्यूजियम इदा, तो फिर भी बस थोड़ा अंदरों दिखाता वा। जे अंदर आना चाहते हो अंदर आ सकते हो, कोई इदा ना कोई रोक टोक है नहीं गी। मैं किस एक पास्यों एंट्री करते दूजे पास्यों एग्जिट हो जाता वा। तो वधिया अंदरों वधिया बनाया हो, शांति आ। तो अंदर कोई सिर्फ अंदर जाते प्रे करते तो बहर आ जाते, तो अंदर बोलना मना वा। वधिया लग्या। तो आप हम होर पास घूमते, आप अच्छे बस
ਕੱਲੀ ਆਪਾਂ ਇਹ ਸੈਂਟਰ ਹੈ ਨਾ ਇਹਦਾ ਆਲੇ ਦੁਆਲੇ ਘੁੰਮਣਾ ਵਾ, ਪਰ ਕਿਤੇ ਹੋਰ ਆਪਾਂ ਕਿਤੇ ਨਹੀਂ ਜਾਣਾ ਹੈਗਾ, ਸਿਰਫ ਇੱਥੇ ਹੀ ਘੁੰਮਾਂਗੇ ਅੱਜ। ਦੇਖੋ ਕਿੰਨੀ ਸ਼ਾਨਦਾਰ ਬਿਲਡਿੰਗਾਂ ਨੇ, ਕੈਮਰਾ ਰੱਖ ਕੇ ਫੋਟੋ ਖਿੱਚਣ ਲੱਗੀ ਸੀ, ਉਧਰੋਂ ਗੱਡੀ ਆ ਗਈ, ਥੱਲੇ ਕੈਮਰਾ ਰੱਖਿਆ ਸੀ। ਚਲੋ ਆਪਾਂ ਚਲਦੇ ਹਾਂ, ਇੱਧਰ ਨੂੰ ਚੱਲਦੇ ਹਾਂ ਅਤੇ ਦੇਖਦੇ ਹਾਂ ਕੀ ਵਾ। ਬੈਠਣ ਨੂੰ ਬਣਾਇਆ, ਅੰਦਰ ਬੈਠ ਸਕਦੇ ਹਾਂ ਸ਼ਾਂਤੀ ਨਾਲ, ਆਰਾਮ ਨਾਲ, ਅਤੇ ਜਿਹਨੇ ਪ੍ਰੇ ਕਰਨੀ ਉਹ ਪ੍ਰੇ ਕਰਦੇ ਆ, ਜਿਹੜੇ ਬੈਠਣਾ ਚਾਹੁੰਦੇ ਉਹ ਉਸ ਟਾਈਮ ਉਹ ਅੰਦਰ ਬਹਿੰਦੇ ਆ, ਅਤੇ ਬਾਹਰ ਵੀ ਬੈਠਣ ਨੂੰ ਬਣਾਇਆ ਹੋਇਆ, ਅਤੇ ਪਾਰਕ ਆ ਛੋਟੀ ਜਿਹੀ। ਮੈਂ ਇੱਕ ਵੀਡੀਓ ਦੇਖੀ ਸੀ, ਕਹਿੰਦੇ ਹੈ ਨਾ ਵੀ ਪੱਗ ਵਾਲੇ ਬੰਦੇ ਨੂੰ ਅੰਦਰ ਨਹੀਂ ਜਾਣ ਦਿੰਦੇ, ਜੇ ਪੱਗ ਬੰਨੀ ਹੁੰਦੀ ਆ ਉਹਨੂੰ ਅੰਦਰ ਨਹੀਂ ਜਾਣ ਦਿੰਦੇ ਹੈਗੇ। ਇੱਦਾਂ ਦੀ ਕੋਈ ਦਿੱਕਤ ਨਹੀਂ ਹੈਗੀ, ਮੈਂ ਹੁਣ ਅੰਦਰ ਜਾ ਕੇ ਆਇਆ, ਮੈਨੂੰ ਉਹਨਾਂ ਨੇ ਕੁਛ ਨਹੀਂ ਕਿਹਾ, ਅਤੇ ਸਗੋਂ ਦੇ ਉਹਨਾਂ ਨੂੰ ਵਧੀਆ ਲੱਗਿਆ ਵੀ ਕੋਈ ਹੋਰ ਇੱਥੇ ਦੇਖਣ ਵਾਸਤੇ ਆਉਂਦੇ ਆ। ਅਤੇ ਆਪਾਂ ਨੂੰ ਹੁਣ ਪਤਾ ਨਹੀਂ ਇਹਨਾਂ ਦਾ ਪ੍ਰੇ ਕਿੱਦਾਂ ਕਰਦੇ, ਕੀ ਸਿਸਟਮ ਕਿੱਦਾਂ ਵਾ, ਪਰ ਵਧੀਆ ਸੀ ਅੰਦਰ ਯਾਰ, ਇੱਥੋਂ ਐਂਟਰੀ ਕਰਦੇ ਆ ਉਹ ਮਿਲ ਕੇ ਹੈਗੀ ਆ। ਅਤੇ ਉਹ ਸਾਹਮਣੇ ਦੇਖੋ ਕਿੰਨੀ ਵਧੀਆ ਬਿਲਡਿੰਗ ਆ, ਦੇਖੋ ਇੱਧਰ ਹੱਥ ਤੇ ਬਿਠਾਤਾ ਉਹਨਾਂ ਨੇ ਨਾ, ਮੈਨੂੰ ਧੱਕੇ ਨਾਲ ਰੋਕ ਲਿਆ, ਰੋਕ ਲਿਆ ਅਤੇ ਹੱਥ 'ਤੇ ਕਬੂਤਰ ਰੱਖਤਾ, ਸਿਰ 'ਤੇ ਬਿਠਾਤਾ, ਮੋਢਿਆਂ 'ਤੇ ਬਿਠਾਤਾ, ਅਤੇ ਉਦੋਂ ਬਾਅਦ ਕਹਿੰਦੇ ਪੈਸੇ। ਮੈਂ ਭਰਾ ਮੈਂ ਤੈਨੂੰ ਪਹਿਲਾਂ ਹੀ ਕਿਹਾ ਮੇਰੇ ਕੋਲ ਪੈਸੇ ਪੂਏ ਨਹੀਂ ਹੈਗੇ, ਠੀਕ ਆ। ਇੱਦਾਂ ਮਤਲਬ ਕਿ ਤੁਹਾਨੂੰ ਜ਼ਬਰਦਸਤੀ ਨਾ ਖੜਾ ਕੇ, ਉਹ ਦੇਖੋ ਤੁਹਾਨੂੰ ਜ਼ਬਰਦਸਤੀ ਨਾ ਖੜਾ ਕੇ ਤੁਹਾਡੇ ਹੱਥ 'ਤੇ ਕਬੂਤਰ ਬਿਠਾ ਦਿੰਦੇ ਕੁਛ ਵੀ। ਉਦੋਂ ਬਾਅਦ ਕਹਿੰਦੇ ਨਾ 100 ਰੂਬਲ ਸਵੇਅਰ ਬੈਂਕ ਔਨਲਾਈਨ ਹੈਗਾ ਤਾਂ ਔਨਲਾਈਨ ਪੈਸੇ ਡਾਲ ਦਿਓ, ਇੱਦਾਂ ਨਾ ਚੱਕਰ 'ਚ ਨਾ ਬੜਿਓ। ਤਾਂ ਮੈਨੂੰ ਤਾਂ ਰੂਸੀ ਆਉਂਦੀ ਆ, ਮੈਂ ਉਹਨਾਂ ਨੂੰ ਸਮਝਾਤਾ ਵੀ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਮੇਰੇ ਕੋਲ ਪੈਸੇ ਨਹੀਂ ਹੈਗੇ, ਫਿਰ ਨਾ ਹੀ ਤੁਹਾਨੂੰ ਪੈਸੇ ਦੇਣੇ ਆ, ਤਾਂ ਹੋਏ ਵੀ ਹੈਗੇ ਮੇਰੇ ਕੋਲ। ਅਤੇ ਇੱਦਾਂ ਮਤਲਬ ਧੱਕਾ ਬੋ ਕਰਦੇ ਆ, ਫੋਟੋ ਮਤਲਬ ਕਿ ਖਿਚਾ ਲੈਂਦੇ ਨੇ, ਕਿਉਂ ਵੀ ਮੈਂ ਤੁਹਾਡੇ ਨਾਲ ਫੋਟੋ ਖਿਚਾਈ ਆ, ਮੈਨੂੰ 50 ਰੂਬਲ ਦਿਓ ਜਾਂ 100 ਰੂਬਲ ਦਿਓ, ਇੱਦਾਂ ਕਰਦੇ ਨੇ। ਇੱਦਾਂ ਦੇ ਚੱਕਰਾਂ 'ਚ ਨਾ ਫਸਿਓ, ਅਤੇ ਸਿੱਧਾ ਸਾਫ਼ ਮਨਾ ਕਰ ਦਿਓ, ਨਹੀਂ ਸਵਾਸਿਵਾ ਮਨਾ ਕਰ ਦਿਓ ਵੀ ਤੁਹਾਡੇ ਮੈਂ ਨਹੀਂ ਕਰਵਾਉਣੀ। ਤੇਰਾ ਧੰਨਵਾਦ ਤੇਰਾ ਬਹੁਤ, ਤੂੰ ਮੈਨੂੰ ਕਿਹਾ, ਮੈਨੂੰ ਬੜਾ ਅਜੀਬ ਲੱਗਿਆ, ਇੱਕ ਹੱਥ 'ਤੇ ਬਿਠਾਤਾ, ਦੋਨਾਂ ਮੋਢਿਆਂ 'ਤੇ ਬਿਠਾਤਾ, ਬਿਠਾਤੇ ਕਬੂਤਰ, ਅਤੇ ਇੱਕ ਸਿਰ 'ਤੇ ਬਿਠਾਤਾ। ਮੈਂ ਵੀ ਲੈ ਵੀ ਇਹ ਹੁਣ ਪੈਸੇ ਮੰਗਣਗੇ, ਇਹ ਧੰਦਾ ਇਹਨਾਂ ਦਾ ਬਸ ਇਹ ਵਾ। ਤਾਂ ਕੋਈ ਇਹਨਾਂ ਨੂੰ ਲੱਗਿਆ ਵੀ ਮੈਂ ਟੂਰਿਸਟ ਹਾਂ, ਵੀ ਮੈਂ ਪਹਿਲੀ ਵਾਰ ਆਇਆ, ਮੈਨੂੰ ਪਤਾ ਹੀ ਨਹੀਂ ਕਿਤੇ, ਮੈਨੂੰ ਕਿਹਾ ਰੂਸੀ ਆਉਂਦੀ, ਇਹਨੂੰ ਕਿਹਾ ਰੂਸੀ ਆਉਂਦੀ ਹੋਊਗੀ, ਇਹਨੇ ਆਪਾਂ ਤੋਂ ਪੈਸੇ ਵੱਢ ਲਾਂਗੇ ਆਰਾਮ ਨਾਲ। ਦੇਖੋ ਸ਼ਾਨਦਾਰ ਬਿਲਡਿੰਗ ਆ ਪੂਰੀਆਂ। ਆਪਾਂ ਚੱਲਦੇ ਹਾਂ, ਹੁਣ ਤੁਹਾਨੂੰ ਦਿਖਾਉਣਾ ਮੈਂ ਰਿਵਰ ਦਿਖਾਉਣਾ ਵਾ, ਛੋਟੇ ਛੋਟੇ ਰਿਵਰ ਨੇ ਅਤੇ ਸੈਂਟ ਪੀਟਰਬਰਗ ਸਿਟੀ 'ਚ, ਸਿਟੀ ਦੇ ਅੰਦਰ ਨਾ ਮਤਲਬ ਕਿ ਵਿੱਚ ਦੀ ਨਾ ਛੋਟੀ ਛੋਟੀਆਂ ਰਿਵਰ ਲੰਘਦੀਆਂ ਨੇ। ਮਤਲਬ ਕਿ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਛੋਟੀਆਂ ਛੋਟੀਆਂ ਰਿਵਰਾਂ ਨਿਕਲਦੀਆਂ ਨੇ, ਮਤਲਬ ਕਿ ਇੱਦਾਂ ਦੀਆਂ ਛੋਟੀਆਂ ਨਦੀਆਂ ਬਣਾਈਆਂ ਹੋਈਆਂ ਨੇ ਪੂਰੀ ਸਿਟੀ ਦੇ ਵਿੱਚ ਦੀ, ਅਤੇ ਪੂਰੇ ਪੀਟਰ ਵਿੱਚ ਦੀ, ਮਤਲਬ ਕਿ ਜਿਹੜੀ ਸਿਟੀ ਮੇਨ ਜਿਹੜੀ ਸੈਂਟਰ ਹੈਗਾ ਵਾ ਉਹ ਵਿੱਚ ਦੀ ਸਾਰੀ ਘੁੰਮਦੀਆਂ ਨੇ। ਤੁਹਾਨੂੰ ਮੈਂ ਦਿਖਾਉਣਾ, ਅਤੇ ਆਹ ਸਾਹਮਣੇ ਮੈਟਰ ਆ ਜਾਂਦਾ, ਸਾਹਮਣੇ ਮੈਟਰ ਵਾ, ਅਤੇ ਉਹ ਸਾਹਮਣੇ ਇੱਕ ਹੋਰ ਚਰਚ ਆ ਗਈ ਇਹਨਾਂ ਦੀ, ਉਹ ਤਾਂ ਤੁਹਾਨੂੰ ਪਤਾ ਜਦੋਂ ਤੁਸੀਂ ਸੈਂਟ ਪੀਟਰਬਰਗ ਸਰਚ ਕਰਦੇ ਹੋ ਵੀ ਇੱਥੇ 3-4 ਇੱਦਾਂ ਦੀਆਂ ਬਿਲਡਿੰਗਾਂ ਨੇ ਜਿਹੜੀਆਂ ਵੀ ਉਹੀ, ਤਾਂ ਉੱਥੋਂ ਪਤਾ ਲੱਗਦਾ ਵੀ ਹਾਂ ਇਹ ਸੈਂਟ ਪੀਟਰਬਰਗ। ਚਲੋ ਅੱਗੇ ਥੋੜ੍ਹਾ
वहाँ बोट राइड करते ने इतने पूरा तुम वजिए तरीके शांति में घूम चाहते हो तो मेरे ख्याल तुम इदा देखो बोट राइड होंगी है बोट तुम ना बोट राइड कर सकते हो मतलब कि यदि टाइट होंगी 500 स्टार्ट होंगी 1000 रुपये से वधिया बोट मतलब के वधिया बोट होंगी पूरी एन चारे पास बंद होंगी उपर साइड तो तुम जाके बैठ सकते हो आराम नज़ारा ले सकते हो पूरा यह सेंट पीटरबर्ग के बच्चे इदा घूमती है तो पूरा आला दुआला दिखाती है मतलब कि यदा भी एक अलग ही एक्सपीरियंस अलग ही मज़ा वा ये भी जो तुम कोई भी सेंट पीटरबर्ग आ वा तो मेरी तो एडवाइस यही है तुम बोट राइड एक बार जरूर करो। बाकी जे कई वेज खाते कई कई जो फूड जिसमें पसंद कहने भी इतने नॉन वेज ज़्यादा वा इतनी नहीं गल नहीं तो वेज भी बहुत मिल जाता वा बस आपको लभना चाहिए वा तो रेस्टोरेंट देखो आ सारे रेस्टोरेंट ने तुम जी थोड़ा ना रूसी बोलनी आती है थोड़ी बहुत रूसी आती है तुम ना इन्हों मतलब कि गल कर सकते हो भी असं नॉन वेज नहीं खाते सू वेज चाहिए वा देखो इदा वा मतलब कि सैड से सारे अंदर रेस्टोरेंट अंदर भी बैठने जगह होंगी है तो बहर भी मतलब कि ना उल्लू बहुत बनाते हैं उन्होंने मैं तो हासा रहा उन्होंने इदा लगे भी हाँ चलो भी मैंने उन्होंने कहा नमस्ते भी चलो इंडियन ना भी इन उ रूसी आँदी आप इतों 100-200 ले लेंगे कह कहा के भी हाँ तू इतना इतना तो जब मैं उन्होंने रूसी बोल के दसा भी हाँ भी नहीं भी मैं तो थोड़ा क्या नहीं कहा भी मैं पैसे पूरे नहीं देने है तो फिर चुप हो गए फिर नहीं कोई बोले थोड़ा गाह थोड़ा एक म्यूजियम दिखा आ देखो आ आइटम होंगे इतने आ खड़ा वा ड्रेस पाई हुई है तो ये आपदे ना खड़ा लेंगे ने क्योंकि फोटो आ कुड़ी खड़ी है इन्हों का काम ही यही है टूरिस्ट आते हैं उन्होंने गले से मोडे से हाथ रख के कहना मिले भी फोटो खिंच गई लो 100 रुपये दो 200 रुपये दो इदा मंगते हैं जो असं नवे नवे आए थे ना सानू उदों अज तो 2 साल पहला अं जो आए थे तो उदों ना साढ़े ना इदा होया एक अद्धी बार मेरे नाल नहीं मैं मेरे दोस्त ना होया तो उन्होंने लगे कि उदा ही कितने भी चलो इन्हों का सुभाव वधिया वा भी कि फ्री वाला काम ही है चलो उन्हें फोटो करा के क्या लिया भी 200 रुपये दे एक फोटो का फिर क्या मूहे ढिला जहा हो गया हाँ देखो भी इतने ना निके निके दुकाना ने इदा दियाँ मतलब कि स्टिकर वाली ने सेंट पीटरबर्ग के स्टिकर ने और काफ़ी कुछ ने कोई अपने ना इतने इदा वा भी फ्रिजा से स्टिकर ला देंगे सेंट पीटरबर्ग का मोस्को का अलग अलग सिटिया के सारे मिल जाते हैं टी शर्टा भी सब कुछ कप कुप निके निके चीज़ा मतलब कि कैप वगैरह सब कुछ होंगे वा पता नहीं की गल है मैं जो भी ना मैं इधर पीटर च घूम आना वा मैं कोई ना कोई इंडियन मिलते मिलता वा हम दो केरल वाले फोटो खिंचन लगे थे एक दूजे की देखो लो जी आप पहुंच गए यदि टिकट मेरे ख्याल में टिकट है 350-450 टिकट है यदि तुम अंदरों दिख सकते हो जाना तो अंदर
ਆਮ ਇੱਥੋਂ ਦਾ ਮੈਨੂੰ ਨਾਂ ਨਹੀਂ ਪਤਾ ਹੈਗਾ, ਨਾ ਮੇਰੇ ਚੇਤੇ ਨਹੀਂ, ਮੈਨੂੰ ਚੇਤੇ ਸੀ, ਨਾ ਭੁੱਲ ਗਿਆ ਤਾਂ ਮੈਂ ਤੁਹਾਨੂੰ ਦੇਖ ਕੇ ਇਹਦਾ ਨਾਮ ਥੱਲੇ ਤਾਂ ਮੈਂ ਇੱਥੇ ਡਾਲ ਦੂੰਗਾ, ਦੇਖ ਲਿਓ ਅਤੇ ਟਿਕਟ ਵੀ ਨਾਲ ਲਿਖ ਦੂੰਗਾ ਵੀ ਟਿਕਟ ਕਿੰਨੇ ਦੀ ਹੈ, ਉਹ ਵੀ ਪਾ ਦੂੰਗਾ। ਤੁਸੀਂ ਜੇ ਆਓਗੇ ਇੱਥੇ ਤੁਸੀਂ ਦੇਖ ਸਕਦੇ ਹੋ, ਘੁੰਮ ਸਕਦੇ ਹੋ। ਅਤੇ ਇੱਧਰਲੀ ਸਾਈਡ ਉਹ ਦੇਖੋ ਇੰਨਾ ਆ ਮੁੰਡਾ ਦੇਖੋ, ਇਹਨੇ ਕਬੂਤਰ ਜਿਹੇ ਰੱਖੇ ਹੋਏ ਨੇ ਆ ਦੇਖੋ। ਅਤੇ ਆਹ ਮਤਲਬ ਕਿ ਤੁਹਾਡੇ ਹੱਥ 'ਤੇ ਬਿਠਾ ਦੂਗਾ, ਵਾਧੂ ਪੈਸੇ ਮੰਗੂਗਾ। ਦੇਖੋ ਕਿੰਨੀ ਵਧੀਆ ਪੇਂਟਿੰਗ ਕੀਤੀ ਹੋਈ ਆ, ਦੇਖ ਸਕਦੇ ਹੋ। ਤੁਸੀਂ ਆਪਦੀ ਵੀ ਤੁਸੀਂ ਜੇ ਫੋਟੋ ਬਣਵਾਉਣਾ ਚਾਹੁੰਦੇ ਹੋ ਤਾਂ ਇਹ ਬਣਾ, ਉਹ ਵੀ ਬਣਾ ਦੇਣਗੇ, ਇਹ ਵੀ ਬਣਾ ਦੇਣਗੇ। ਬਸ ਤੁਹਾਨੂੰ ਇੱਥੇ ਬੈਠਣਾ ਪੈਣਾ ਅੱਧਾ ਘੰਟਾ, ਅੱਧੇ ਘੰਟੇ ਦੇ ਵਿੱਚ ਵਿੱਚ ਤੁਹਾਡੀ ਫੋਟੋ ਵੀ ਐਂ ਸਾਫ ਕੇ ਦੇ ਦੇਣਗੇ। ਪਰਲੇ ਪਾਸੇ ਪਾਰਕ ਆ, ਤੁਸੀਂ ਰੈਸਟ ਕਰ ਸਕਦੇ ਹੋ। ਅਤੇ ਉਸ ਤੋਂ ਬਾਅਦ ਅਤੇ ਨਾਲ ਹੀ ਆ, ਅਤੇ ਇੱਧਰ ਤੁਹਾਨੂੰ ਦੱਸਿਆ ਜਿੱਦਾਂ ਇਹਨਾਂ ਦੀ ਚਰਚਾ ਜਾਂਦੀ ਆ, ਤੁਸੀਂ ਅੰਦਰ ਘੁੰਮਣ ਜਾ ਸਕਦੇ ਹੋ। ਇਹਦੇ ਅੰਦਰ ਦੇਖਣ ਨੂੰ ਹਜੇ ਬਹੁਤ ਕੁਛ ਆ, ਦੇਖੋ ਆ ਪਾਰਕ ਆ ਸਾਰੀ। ਸੈਂਟ ਪੀਟਰਬਰਗ ਬਹੁਤ ਬਹੁਤ ਖੂਬਸੂਰਤ ਆ, ਮੈਂ ਤੁਹਾਨੂੰ ਨਾ ਦੱਸ ਨਹੀਂ ਸਕਦਾ, ਮੈਂ ਤਾਂ ਦਿਖਾ ਸਕਦਾ ਵਾਂ, ਤੁਸੀਂ ਆਪ ਖੁਦ ਇੱਥੇ ਵਿਜਿਟ ਕਰੋਗੇ, ਆਉਂਗੇ, ਦੇਖੋਗੇ, ਫਿਰ ਤੁਹਾਨੂੰ ਪਤਾ ਲੱਗਣਾ ਵੀ ਹਾਂ ਸੱਚੀ ਬਹੁਤ ਵਧੀਆ ਵਾ। ਅਤੇ ਇੱਧਰ ਹੀ ਨਾ ਇਹਦੇ ਉੱਪਰ ਦੀ ਘੁੰਮ ਕੇ ਨਵਿਸਕੀ ਮੈਟਰੋ ਤੋਂ ਬਾਹਰ ਨਿਕਲ ਕੇ ਇੱਧਰ ਨੂੰ ਆਉਣੇ, ਜਦੋਂ ਇਹਦੇ ਉੱਪਰ ਦੀ ਘੁੰਮਣਾ ਪੈਣਾ ਅਤੇ ਟਿਕਟ ਕਾਊਂਟਰ ਆ ਜਾਂਦਾ ਵਾ, ਉਹਨੂੰ ਖੜ੍ਹੇ ਟਿਕਟ ਲੈਣ ਵਾਸਤੇ। ਅਤੇ ਹਾਂ ਟਿਕਟ ਮਿਲ ਰਹੀ ਆ, ਅਤੇ ਟਿਕਟ ਆਫਿਸ ਹੈ ਲਿਖਿਆ ਉਹ ਮੇਰੇ ਕਹਿੰਦਾ ਟਿਕਟ ਕਿੰਨੀ ਆ, ਤੁਹਾਨੂੰ ਦਿਖਾਉਣਾ ਸੀ ਉਹਦੇ 'ਤੇ ਲਿਖਿਆ ਹੋਇਆ ਤਾਂ। ਹਾਂ ਦੇਖੋ ਉਹਨਾਂ ਨੇ ਟਿਕਟ ਵੀ ਲਿਖ ਕੇ ਲਾਇਆ ਵਾ, ਅਤੇ ਟਿਕਟ ਹੈਗੀ ਆ 350 ਸਟਾਰਟ ਹੁੰਦੀ ਆ ਅਤੇ 400 ਤੱਕ ਲਾਸਟ ਆ, 400 ਤੱਕ ਲਾਸਟ ਟਿਕਟ ਆ। ਤੁਸੀਂ ਜੋ ਮਰਜ਼ੀ ਆਓ, ਵਿਜਿਟ ਕਰੋ, ਦੇਖੋ ਦੇਖੋ ਆ ਇੱਧਰ ਸਾਈਡ ਵਿਊ ਦੇਖੋ, ਬਹੁਤ ਜ਼ਿਆਦਾ ਵਧੀਆ ਸਿਟੀ ਯਾਰ, ਇੱਥੇ ਰਹਿਣ ਨੂੰ ਗੱਲ ਕਰਦਾ, ਮਤਲਬ ਕਿ ਇੱਥੇ PR ਹੋ ਜਾਵੇ ਬੰਦਾ, ਘਰ ਵਸਾ ਲਵੇ ਇੱਥੇ, ਚਲੋ ਜ਼ਿੰਦਗੀ ਮਤਲਬ ਇਹੀ ਜ਼ਿੰਦਗੀ ਚਾਹੀਦੀ ਆ, ਉਹ ਚਾਹੀਦੇ ਨਜ਼ਾਰੇ, ਹੁਣ ਕੰਮ ਵਧੀਆ ਚੱਲੀ ਜਾਵੇ ਅਤੇ ਇੱਦਾਂ ਦੀਆਂ ਵਧੀਆ ਜਗ੍ਹਾ ਹੋਵੇ ਰਹਿਣ ਨੂੰ, ਅਤੇ ਹੋਰ ਕੀ ਚਾਹੀਦਾ ਜ਼ਿੰਦਗੀ 'ਚ ਮੇਰੇ ਖਿਆਲ ਨਾਲ। ਮੈਨੂੰ ਦੇਖੋ ਲਓ ਜਨਾਬ ਹੁਣ ਆ ਗਏ ਪਾਰਕ ਵਿੱਚ, ਦੇਖੋ ਕਿੰਨਾ ਵਧੀਆ ਪਬਲਿਕ ਆਉਂਦੀ ਹੈ ਇੱਥੇ, ਬਹਿੰਦੀ ਹੈ, ਰੈਸਟ ਕਰਦੀ ਆ। ਜੇ ਤੁਹਾਨੂੰ ਮਿਲ ਕੇ ਸਮਝ ਲਓ ਨਾ, ਪੂਰੇ ਰਸਤੇ ਤਾਂ ਮੈਨੂੰ ਪਤਾ ਨਹੀਂ, ਆਪਾਂ ਰਸਤੇ ਤਾਂ ਪੂਰੇ ਕਹਿ ਨਹੀਂ ਸਕਦੇ, ਪਰ ਮੈਂ ਪੀਟਰ 'ਚ ਰਹਿੰਦਾ ਮੈਂ, ਅਤੇ ਪੀਟਰ 'ਚ ਤਾਂ ਮੈਂ ਇਹੀ ਦੇਖਿਆ ਜਦੋਂ ਵੀ ਸੈਂਟ ਪੀਟਰਬਰਗ 'ਚ ਕੋਈ ਹੋਲੀਡੇ ਹੁੰਦਾ ਵਾ, ਕੋਈ ਮਤਲਬ ਕਿ ਕੋਈ ਵੀ ਛੁੱਟੀ ਹੁੰਦੀ ਆ, ਤਾਂ ਇਹਨਾਂ ਨੇ ਜਿਹੜੀ ਨਾ ਖਾਸ ਕਰ ਗਰਮੀਆਂ 'ਚ ਇਹਨਾਂ ਨੇ ਪਾਰਕ 'ਚ ਜਾ ਜਾਣਾ, ਠੀਕ ਹੈ ਜੀ, ਚਾਦਰ ਵਿਛਾਉਣੇ ਆਪਦੀ ਫੈਮਿਲੀ ਨਾਲ ਪਿਕਨਿਕ 'ਤੇ, ਆਰਾਮ ਨਾਲ ਬੈਠ ਕੇ ਉੱਥੇ ਹੀ ਪਕਾਉਣਾ, ਉੱਥੇ ਖਾਣਾ, ਪੂਰਾ ਦਿਨ ਉੱਥੇ ਰਹਿੰਦੇ ਆ। ਕਈ ਕਈ ਤਾਂ ਇੱਦਾਂ ਵੀ ਹਾਂ ਰਾਤ ਹੀ ਉੱਥੇ ਬਿਤਾ ਦਿੰਦੇ ਨੇ, ਕੈਂਪਿੰਗ ਕਰਦੇ ਆ ਪੂਰੀ ਵਧੀਆ ਤਰੀਕੇ ਨਾਲ, ਮਤਲਬ ਕਿ ਕਹਿਣ ਦਾ ਮਤਲਬ। ਪਾਰਕ ਬਹੁਤ ਵੱਡੀ ਪਾਰਕ ਹੈ ਦੇਖੋ, ਉਹਨਾਂ ਨੇ ਵਿਊ ਜਿਹੜਾ ਨਾ ਦੇਖਣ ਨੂੰ ਲੁੱਕ ਆ ਨਾ ਇੱਕ ਵੀ ਹਾਂ ਬਹੁਤ ਵਧੀਆ ਲੱਗਦੀ ਆ। ਅਤੇ ਹਾਂ ਥੋੜ੍ਹੇ ਛੋਟੇ ਦੁਕਾਨਾਂ ਵੀ ਨੇ ਪਾਰਕ ਦੇ ਵਿੱਚ, ਮਤਲਬ ਕਿ ਜਿਸ ਆਪਾਂ ਕਹਿੰਦੇ
ਆਪਾਂ ਇੰਡੀਆ ਉੱਥੇ ਇੰਡੀਆ ਹਿਸਾਬ ਨਾਲ ਰੇਹੜੀਆਂ ਲੱਗੀਆਂ ਹੋਈਆਂ ਨੇ, ਤੁਹਾਨੂੰ ਡਰਿੰਕ ਮਿਲ ਜੂਗੀ ਅਤੇ ਤੁਸੀਂ ਆਪਾਂ ਜੇਠਾਂ ਗਰਮੀ ਹੈ ਡਰਿੰਕ ਤੁਹਾਨੂੰ ਮਿਲ ਜੂਗੀ, ਕੋਕ ਮਿਲ ਜੂਗੀ, ਪੈਪਸੀ ਮਿਲ ਜੂਗੀ, ਫੈਂਟਾ ਵਗੈਰਾ, ਪਾਣੀ ਵੀ ਹੁੰਦਾ ਦੇਖੋ ਸਾਹਮਣੇ ਇੱਕ ਲੱਗੀ ਹੋਈ ਹੈ। ਇੱਦਾਂ ਨਿੱਕੀਆਂ ਨਿੱਕੀਆਂ ਦੁਕਾਨਾਂ ਲੱਗੀਆਂ ਪੂਰੇ ਪੂਰੀ ਪਾਰਕ 'ਚ, ਜਿੱਥੇ ਥੋੜ੍ਹੀ ਨਾ ਮਤਲਬ ਜਿੱਥੇ ਟੂਰਿਸਟ ਆਉਂਦਾ ਵਾ ਉੱਥੇ ਆਲੇ ਦੁਆਲੇ ਪਾਰਕ ਹੋਵੇ ਅਤੇ ਉੱਥੇ ਇੱਦਾਂ ਦੀਆਂ ਛੋਟੇ ਛੋਟੇ ਦੁਕਾਨਾਂ ਤੁਹਾਨੂੰ ਮਿਲ ਹੀ ਜਾਣੀਆਂ ਨੇ ਸੀਜ਼ਨ ਦੇ ਹਿਸਾਬ ਨਾਲ। ਦੇਖੋ ਜਿੱਦਾਂ ਹੁਣ ਗਰਮੀ ਦਾ ਸੀਜ਼ਨ ਆ ਅਤੇ ਉਹਨਾਂ ਨੇ ਡਰਿੰਕ ਵਗੈਰਾ ਰੱਖੀ ਆ ਵਾ, ਪਾਣੀ ਰੱਖਿਆ ਵਾ, ਪੈਪਸੀ ਵਗੈਰਾ ਵਾ, ਅਤੇ ਜਦੋਂ ਸਨੋਅ ਪੈਣ ਲੱਗ ਗਈ ਇੱਥੇ ਸਾਰੇ ਬਰਫ ਹੋ ਜਾਣੀ ਆ, ਸਾਰਾ ਬਰਫ ਨਾਲ ਭਰ ਜਾਣਾ ਵਾ ਅਤੇ ਸਭ ਕੁਝ ਇਹਨਾਂ ਨੇ ਬੰਦ ਕਰ ਦੇਣਾ ਵਾ। ਚਲੋ ਪਰਲੇ ਪਾਸੇ ਨਿਕਲਦੇ ਹਾਂ, ਪਰਲੇ ਪਾਸੇ ਮੇਰੇ ਖਿਆਲ ਨਾਲ ਕੁਛ ਨਹੀਂ ਆਪਾਂ ਨੂੰ ਮਿਲਣਾ ਹੈਗਾ, ਰੋਡ ਹੀ ਮਿਲਣਾ, ਉੱਥੇ ਰੋਡ ਉੱਧਰ ਜਾ ਕੇ ਆਪਾਂ ਕੀ ਕਰਨਾ। ਤੁਹਾਨੂੰ ਇੱਕ ਮੈਂ ਰਿਵਰ ਹੋਰ ਦਿਖਾ ਦੇਣਾ, ਚਲੋ